आए थे तो ये कहना व्हाट्स योर नेम हाउ यू नो आई एम फ्रॉम इंडिया भरोसा होगा पता नहीं खुलना भी नहीं इज द प्राइस फॉर 1 kg ऑफ गैस एंड हाउ मेनी किलोज इन दिस सिलेंडर बाय बाय व्हाट्स योर नेम जोसेफ कोर्ट द एग्जिट आ बाहर आ गया ते भाई कहंदा भी हुण तुसीं जा सकदे हो पुलिस वाले आ भी हुण सेफ आ जी सत श्री अकाल जी स्वागत करदे आ नवे दिन ते नवी वीडियो दे विच तुसीं देख्या होणा पिछली वीडियो दे विच खत्म कीती सी लगभग 70 घंटे बाद मैं नाइजीरिया पहुंचा सी ये वीडियो उत्थे शुरू हो गई है अगली वीडियो ते हालात इदां दे हो जाणगे सोचा नहीं सीगा नाइजीरिया बहुत डेंजरस है यार जिन्ना गल इत्थे लोकल बंदा जिहड़ा बंदा इत्थे सी ना ओह कहिंदा मैं भी जाणा ओहदी ड्यूटी कहिंदा मेरी 4 बजे खत्म हो जांदी पर कहिंदा मैं 7 बजे जाणा डेली 6 बजे जाणा जां कोई $100 एक्सचेंज कराए आ कितने और 70,000 ਬਾਕੀ ਲੋਕ 7,20,000 ਮਿਲੇਗਾ ਹਾਂ ਥੋੜਾ ਆਈਡੀਆ ਨਹੀਂ ਸੀਗਾ ਇੱਥੇ ਆ ਜਗ੍ਹਾ ਦੇ ਉੱਤੇ ਮੈਂ ਸੁੱਤਾ ਸੀਗਾ ਇਦਾਂ ਇੱਥੇ ਉਹ ਬਾਈ ਬੈਠਾ ਸੀਗਾ ਜਿਹੜਾ ਉਹ ਪਤਾ ਨਹੀਂ ਹੁਣ ਬਾਹਰ ਗਿਆ ਥੋੜੇ ਬਹੁਤ ਲੋਕ ਹੁਣ ਆਉਣ ਲੱਗ ਗਿਆ ਕਿਉਂਕਿ ਇੱਕ ਅੱਧੀ ਕੋਈ ਫਲਾਈਟ ਆਈ ਹੈ ਇਸ ਟਾਈਮ ਆਹ ਬੰਦਾ ਮੈਨੂੰ ਇਦਾਂ ਲੱਗ ਰਿਹਾ ਕਿ ਸਾਡੀ ਫਲਾਈਟ ਸੀਗਾ ਰਾਤ ਨੂੰ ਹਜੇ ਇਹ ਬੰਦਾ ਨਹੀਂ ਲੱਗ ਰਿਹਾ ਇਹ ਜੋ ਨੀਲੇ ਵਾਲਾ ਕਾਫੀ ਲੋਕ ਹੈਗੇ ਜਿਹੜੇ ਰਾਤ ਨੂੰ ਇੱਥੇ ਰੁਕ ਗਏ ਸੀ ਬਈ ਇੱਥੇ ਸੁੱਤੇ ਪਏ ਸੀਗੇ ਬਾਹਰਲੇ ਪਾਸੇ ਕਿਉਂਕਿ ਰਾਤ ਨੂੰ ਬਹੁਤ ਡੇਂਜਰਸ ਆ ਬਈ ਇੱਥੋਂ ਦਾ ਲੋਕਲ ਬੰਦਾ ਵੀ ਨਹੀਂ ਜਾਂਦਾ ਕੋਈ ਬਾਕੀ ਬਾਈ ਨੇ ਰਾਤ ਨੂੰ ਇਦਾਂ ਦੀਆਂ ਗੱਲਾਂ ਦੱਸੀਆਂ ਥੋੜੀਆਂ ਬਹੁਤ ਸਾਰੀਆਂ ਤੁਹਾਨੂੰ ਮੈਂ ਡਿਸਕਸ ਕਰੂੰਗਾ $100 ਐਕਸਚੇਂਜ ਕਰਾ ਲਏ ਕਿਉਂਕਿ ਮਨੀ ਐਕਸਚੇਂਜ ਆ ਇਹਨਾਂ ਦਾ ਮਨਕੁਰ ਬਾਈ ਇੱਥੇ ਸੌਂ ਗਏ ਸੀਗੇ ਸਾਡਾ ਇੱਦਾਂ ਡਨ ਹੋਇਆ ਸੀ ਵੀ 2 ਘੰਟੇ ਸੌਣਗੇ 2 ਘੰਟੇ ਮੈਂ ਬਾਅਦ ਪਰ ਯਾਰ ਇੰਨੀ ਨੀਂਦ ਆ ਰਹੀ ਜਦੋਂ ਮੈਂ ਸੁੱਤਾ ਮੈਨੂੰ ਪਤਾ ਨਹੀਂ ਲੱਗਿਆ ਸਿੱਧਾ ਸਵੇਰੇ ਹੁਣੇ ਜਾ ਖੁੱਲੀ ਇੱਥੇ ਪਿਆ ਰਿਹਾ ਉਹ ਬਾਈ ਤੋਂ ਹੁਣ ਆਪਾਂ ਐਕਸਚੇਂਜ ਕਰਾ ਲਿਆ ਸਿਰ ਅੱਖਾਂ ਸਭ ਕੁਛ ਦੁੱਖ ਰਿਹਾ ਕਿਉਂਕਿ ਨੀਂਦ ਪੂਰੀ ਨਹੀਂ ਹੋਈ ਯਾਰ ਚਾਰ ਘੰਟੇ ਸਾਢੇ 4 ਘੰਟੇ ਸੁੱਤੇ ਹਾਂ ਪਰ ਉਸ 4 ਸਾਢੇ 4 ਘੰਟੇ ਸੁੱਤੇ ਕਿਸ ਕੰਡੀਸ਼ਨ ਦੇ ਵਿੱਚ ਆ ਸਭ ਤੋਂ ਵੱਡੀ ਗੱਲ ਇਹ ਆ ਯਾਰ ਜਿਹੜਾ ਸਾਡਾ ਹੋਟਲ ਆ ਨਾ ਪਤਾ ਨਹੀਂ ਕਿਉਂ ਵਾਰ ਵਾਰ ਉਸ ਹੋਟਲ ਦਾ ਡਾਊਟ ਹੋਣ ਲੱਗ ਗਿਆ ਵੀ ਜਿੱਦਾਂ ਦੀ ਬਾਈ ਨੇ ਗੱਲਾਂ ਦੱਸੀਆਂ ਉਹ ਕਹਿੰਦਾ ਵੀ ਜਿੱਦਾਂ ਇੱਥੋਂ ਅਬੂਜਾ ਇਹਨਾਂ ਦੀ ਕੈਪੀਟਲ ਆ ਹੈ ਅਬੂਜਾ ਬਹੁਤ ਮਤਲਬ ਛੋਟਾ ਸ਼ਹਿਰ ਆ ਪਰ ਕੈਪੀਟਲ ਹੋਊਗਾ ਇਹਨਾਂ ਦੀ ਲਾਗੋਸ ਬਹੁਤ ਵੱਡਾ ਆ ਜਿੱਥੇ ਅਸੀਂ ਇਸ ਟਾਈਮ ਬੈਠੇ ਹੋਏ ਹਾਂ ਉਹ ਕਹਿੰਦਾ ਵੀ ਬੱਸ ਬੁੱਸ ਉੱਥੇ ਕਦੇ ਵੀ ਨਾ ਜਾਓ ਜੇ ਜਾਣਾ ਤਾਂ ਬਾਈ ਫਲਾਈਟ ਹੀ ਜਾਓ ਅਸੀਂ ਕਿਹਾ ਵੀ ਕਿਉਂ ਕਹਿੰਦਾ ਕਿ ਇੰਨੀ ਕੁ ਜ਼ਿਆਦਾ ਡੇਂਜਰਸ ਆ ਬੱਸਾਂ ਜਾਂਦੀਆਂ ਨਾ ਬੱਸਾਂ ਨੂੰ ਰੋਕ ਲਿਆ ਜਾਂਦਾ ਇੱਦਾਂ ਦੇ ਹਾਲਾਤ ਆ ਲੋਕਲ ਨੂੰ ਫਿਰ ਵੀ ਛੱਡ ਦਿੰਦੇ ਆ ਲੋਕਲ ਤਾਂ ਉਹਨਾਂ ਨੂੰ ਪਤਾ ਨਾ ਪੈਸੇ ਨਹੀਂ ਮਿਲਣੇ ਹੁੰਦੇ ਫੋਰਨਰਸ ਤੋਂ ਇਹਨਾਂ ਨੂੰ ਇਹ ਆ ਕਿ ਹਾਂ ਵੀ ਅਸੀਂ ਫੋਰਨਰ ਨੂੰ ਫੜ ਕੇ ਤੇ ਉਹ ਤੋਂ ਫਿਰ ਪੈਸੇ ਮੰਗਾਂਗੇ ਫਿਰ ਉੱਥੇ ਇੱਕ ਟ੍ਰੇਨ ਚੱਲਦੀ ਆ ਟ੍ਰੇਨ ਉਹ ਕਹਿੰਦਾ ਵੀ ਸੇਫ ਆ ਕਿਉਂਕਿ ਡੇਢ ਘੰਟੇ ਦੀ ਜਰਨੀ ਆ ਤੇ ਉਹ ਸੇਫ ਆ ਬਹੁਤ ਹੱਦ ਤੱਕ ਕਿਉਂਕਿ ਵਿੱਚ ਇੱਕ ਏਰੀਆ ਬੁਰਕੋ ਪਤਾ ਨਹੀਂ ਕਿਹੜਾ ਇੱਦਾਂ ਦਾ ਕੋਈ ਏਰੀਏ ਦਾ ਨਾਂ ਰਿਹਾ ਸੀ ਬੁਖਰਾ ਪਤਾ ਨਹੀਂ ਇਹੋ ਜਿਹਾ ਕਹਿੰਦੇ ਵੀ ਉਹ ਬਹੁਤ ਜ਼ਿਆਦਾ ਡੇਂਜਰਸ ਆ ਤੇ ਸੋਚੋ ਯਾਰ ਜੇ ਲੋਕਲ ਬੰਦਾ ਇੱਦਾਂ ਡਰ ਰਹੇ ਆ ਸਾਨੂੰ ਬਹਾਦਰੀ ਦਿਖਾਉਣ ਦਾ ਕੋਈ ਮਤਲਬ ਫਾਇਦਾ ਨਹੀਂ ਸੀਗਾ ਰਾਤ ਨੂੰ 1-2 ਵਜੇ ਇਕੱਲੇ ਨਿਕਲ ਜਾਣਾ ਜਾਂ ਕੁਛ ਵੀ ਤਾਂ ਫਿਰ ਇੱਥੇ ਸੌਂ ਜਾਣਾ ਹੀ ਬੈਟਰ ਸੀਗਾ ਹੁਣ ਨਿਕਲਣ ਲੱਗਿਆ ਇੱਥੋਂ ਇਸ ਜਗ੍ਹਾ ਦੇ ਉੱਤੇ ਸੀਗੇ ਰਾਤ ਇੱਥੇ ਤੇ ਇੱਧਰ ਚਲੋ ਟੰਗ ਲਿਆ ਜਿਹੜਾ ਹੋਟਲ ਬੁੱਕ ਕੀਤਾ ਸੀ ਉੱਥੇ ਚੱਲਦੇ ਥੋੜਾ ਰਿਸਕ ਤਾਂ ਬਾਈ ਲੈਣਾ ਪਊਗਾ ਹਰ ਬੰਦੇ ਨੂੰ ਆਉਣਾ ਸੀ ਕਿਡਨੈਪਰ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਗਏ ਕਿਉਂਕਿ ਸਿੰਗਲ ਬੰਦੇ ਨੇ ਇਹ ਨਹੀਂ ਕਿਹਾ ਕਿ ਇੱਥੇ ਸੇਫ ਆ ਹਰ ਬੰਦੇ ਨੇ ਇਹ ਕਿਹਾ ਕਿ ਬਾਈ ਡੇਂਜਰਸ ਆ ਕੋਈ ਸਿੰਗਲ ਬੰਦਾ ਤੱਕ ਨਹੀਂ ਕਿਸੇ ਦੇ ਮੂੰਹੋਂ ਇਹ ਸੁਣਿਆ ਵੀ ਸੇਫ ਆ ਤੁਸੀਂ ਨੋਰਮਲੀ ਘੁੰਮ ਸਕਦੇ ਹੋ ਰਾਤ ਨੂੰ ਜਿਹੜਾ ਬਾਹਰ ਆ ਗਿਆ ਤੇ ਬਾਈ ਕਹਿੰਦਾ ਵੀ ਹੁਣ ਤੁਸੀਂ ਜਾ ਸਕਦੇ ਹੋ ਪੁਲਿਸ ਵਾਲੇ ਆ ਵੀ ਹੁਣ ਸੇਫ ਆ ਆਜੋ ਕੁਛ ਇਦਾਂ ਦਾ ਬਈ ਗੇਟ ਬਸ ਏਅਰਪੋਰਟ ਦਾ ਨਾ ਰਾਤ ਨੂੰ ਮਤਲਬ ਕੁਛ ਹੋਰ ਹੀ ਲੱਗ ਰਿਹਾ ਸੀ ਉੱਤੇ ਇੱਕ ਛੋਟਾ ਜਿਹਾ ਬ੍ਰਿਜ ਆ ਔਰ ਇੱਥੇ ਜਿੰਨੇ ਵੀ ਬੰਦੇ ਆ ਹੈਲੋ ਸੋ ਬਈ ਆਹ ਬੰਦਾ ਇੱਥੇ ਆਈਡੈਂਟੀ ਪ੍ਰੂਫ ਕੱਢ ਕੇ ਖੜੇ ਹੋ ਗਏ ਟੈਕਸੀ ਵਾਲੇ ਕਿ ਬਈ ਪਰ ਨਾ ਪੁਲਿਸ ਵਾਲੇ ਤੋਂ ਆਉਣਾ ਦੇਖ ਕੇ ਉਹਨੇ ਆਈਡੈਂਟੀ ਪ੍ਰੂਫ ਵਿੱਚ ਪਾ ਲਿਆ ਪਰ ਕਿਹੜਾ ਬੰਦਾ ਚੰਗਾ ਕਿਹੜਾ ਮਾੜਾ ਕੁਛ ਨਹੀਂ ਪਤਾ ਮਾੜਾ ਬੰਦਾ ਹੀ ਚੰਗਾ ਬੰਦਾ ਹੀ ਮਾੜਾ ਉਬਰ ਬੁੱਕ ਕੀਤੀ ਆ ਉਬਰ ਆ ਰਹੀ ਉੱਥੇ ਇੱਕ ਕਾਰ ਪਾਰਕਿੰਗ ਬਣੀ ਹੋਈ ਆ ਉਬਰ ਵਾਲਾ ਕਹਿੰਦਾ ਕਾਰ ਪਾਰਕਿੰਗ ਆ ਨੋ ਨੋ ਥੈਂਕ ਯੂ ਸੋ ਬਈ ਉਦਾਂ ਦਾ ਠੀਕ ਬੰਦੇ ਲੱਗ ਰਹੇ ਆ ਸਾਰੇ ਇੱਦਾਂ ਹਸਮੁਖ ਜੇ ਆ ਵੀ ਟੈਕਸੀ ਬੁੱਕ ਕਰ ਲਓ ਅਸੀਂ ਤੁਹਾਨੂੰ ਟੈਕਸੀ ਦੇ ਦਿੰਦੇ ਹਾਂ ਉੱਥੇ ਕਾਰ ਪਾਰਕਿੰਗ ਆ ਕਾਰ ਪਾਰਕਿੰਗ 'ਚ ਉਬਰ ਆਊਗੀ ਥੋੜ੍ਹੀ ਦੂਰ ਤਾਂ ਲੱਗ ਰਹੀ ਹੈ ਹੈਂ ਬੰਦੇ ਤਾਂ ਭਾਜੀ ਸਹੀ ਲੱਗ ਰਹੇ ਹੈ ਇੱਕ ਦੋ ਕਿਹਾ ਦਿਨ ਮੈਂ ਸਾਰੇ ਸਹੀ ਲੱਗ ਰਹੇ ਰਾਤ ਕੋਈ ਇਹੀ ਬੰਦੇ ਕਿਡਨੈਪਰ ਲੱਗ ਰਹੇ ਤੇ ਇੱਕ ਬੰਦਾ ਆਇਆ ਉਹ ਪਿੱਛੇ ਜਿਹੜਾ ਨੀਲੀ ਸ਼ਰਟ ਵਾਲਾ ਜਾ ਰਿਹਾ ਹੁਣ ਪਤਾ ਕਹਿੰਦਾ ਓਕੇ ਤੁਸੀਂ ਤੁਹਾਡਾ ਕੋਈ ਡਰਾਈਵਰ ਆ ਰਿਹਾ ਸੀ ਕਿ ਹਾਂ ਉਬਰ ਬੁੱਕ ਕੀਤੀ ਓਕੇ ਕਹਿੰਦਾ ਮੈਂ ਤੁਹਾਨੂੰ ਛੱਡ ਦਿੰਦਾ ਕਹਿੰਦਾ ਤੁਹਾਡੇ ਆਪਦੇ ਫੋਨ ਤੋਂ ਫੋਨ ਮਿਲਾਓ ਤੇ ਮੈਂ ਡਰਾਈਵਰ ਨਾਲ ਗੱਲ ਕਰਕੇ ਦੱਸ ਦਾਂ ਅਸੀਂ ਕਿਹਾ ਵੀ ਸਾਡੇ ਕੋਲ ਇੰਟਰਨੈਟ ਹੈ ਨਹੀਂਗਾ ਤੇ ਨਹੀਂ ਦੇਣਾ ਫੋਨ ਕਹਿੰਦਾ ਓਕੇ ਗੋ ਸਟ੍ਰੇਟ ਕਹਿੰਦਾ ਆਹ ਚਲਾ ਗਿਆ ਜਾਂ ਤਾਂ ਇਹਦਾ ਇਹ ਇਰਾਦਾ ਹੋਣਾ ਵੀ ਚਲੋ ਵੀ ਫੋਨ ਲੈ ਕੇ ਭੱਜ ਲੈਂਦੇ ਹਾਂ
पता नहीं यार ओदां दे बंदे बड़े हसमुख आ जिहड़ा भी बंदा आ रहा ना एक समाइल दे नाल मिल रहा याद इन्ना ज्यादा उन्होंने डराता डरा बई गल भी सच्ची सी किसी सिंगल बंदे ने होटल वाले नूं मैसेज किया जिहड़े बंदे ने वीजा लाया टूर गाइड ने उन्हें भी यही गल कही कि हाँ बई ये जो भी लोग बंदे कह रहे झूठ इन्हां चों कोई नहीं कह रहा वाकई गल इदा हैगी आ रात तो मतलब बहुत डेंजरस आ सारे बंदे इत्थे आ पैसे लैके इदा घूम रहे आ यह मनी एक्सचेंज वाले आ इदा पुछदे रहिंदे राह च इदा गुट्टियां दिखा दिखा के चाहिए आ चाहिए आ ब्लैक मार्केट है डबल मतलब ऑलमोस्ट मिलते जो इंटरनेट के रेट तो या बैंक के ऑफिशियल रेट तो आ सारे बंदे हेलो थैंक यू वेलकम कर रहे हैं सारे इस एरिया दे विच इन्हां दा कोई पार्किंग एरिया बनया होया उबर वगैरह इत्थे आउंदी गड्डियां सारियां ना क्या कर रहे कनेक्ट हो रहा वाईफाई चल रहा है हाँ नेट सही चल रहा है ला के एदा चार्जेस लैणगे उबर रात नाल डबल डबल मतलब चार्जेस लगे पहला ना फिर उस तो इस दिन च डबल लग रहा है क्योंकि रात नूं मतलब कोई बुक करदा ही नहीं है ना ये भी एक बेस्ट वो मिली हमें कि रात नूं कोई बुक करदा नहीं ताई है भी रात नूं अद्धे चार्जेस आ रहे सी दिन वेले डबल आने शुरू हो गए ते इहदे भी कोई चार्जेस लाऊगा वह कहना भी ये थोनू देने पैणगे जिन्ने भी बनदे आ ऐसी जगल क्यों बना रखी है आपने पता नहीं क्या करने चला गया वो अच्छा कैश पॉइंट है वहाँ पैसे दे के आएगा वो यहाँ बोल दे 5000 की और 4000 के चक्कर में किडनैप हो गया दे देना चुपचाप तो भाई बहुत डराया भाई लोगों ने सच्चा ही डराया जी भाई इतों के जो लोकल लोग आ बहरों आए जिन्होंने उन्हों का कोई दोस्त यार मित्र पिकअप करने आ रहे थे वही बंदे गए दो चाइनीज बंदे से उन्होंने बंदा पिकअप करने आया उही बंदे गए इतों कई इतों के लोकल लोग भी रात में गत्ते विछा के सुते हुए थे तो उन्होंने चो भी दो तीन बंदे मैं हमने सवेरे देखे कोई साढ़े तो थोड़ी देर पहला निकल के आने कोई बाद च निकलेंगे इदा है ना मतलब जिन्हों का कोई कॉन्टैक्ट नहीं या दूर नेड़े जाना भाई वो एयरपोर्ट के सुते बंदे गए नहीं लोकल बंदे फिर असं किए जा सकते तो पुलिस ने हरेक पुलिस वाले बंदे ने भी किया हूं भी जो बाहर निकले पुलिस वाले ने किया ओके नाउ यू कैन गो कहना नाउ इज सेफ कहना इतने ने देते भाई ने जड़ी स्लिप उत्थे कटा के लाया कैश दी ना यू बीन टू इंडिया ओके जी मैं थोनू पहला भी दसी होनी है वह बंदे का क्वेश्चन यह आर यू फ्रॉम इंडिया मतलब इंडिया मैं दसना नहीं भी अज तक कि देवी माई का माला ता करके जो लोग कहते ना भाई तू इंडिया ता करके मैं भाई हमेशा किसी मैं पंजाब दसदा हूं या आप बारे दसदा हूं क्योंकि मैं इंडिया बारे दस की लड़ नहीं है ठीक है एक तो इंडिया वैसे ही बड़ा यार फेमस है भाई लगभग लोगों को पता और मैं देखते दे, उन्होंने पता लग जाता भी आह बंदा उतों आया ठीक है सो एक पहचान आ साड़ी ता करके मैं बड़ी देर तो देख रहा मैं रस्सी लग रही थी पई हुई पर ये ना किसी जानवर दी ओदी बनी हुई है व्हाट इज दिस ब्रदर वाह 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 इज माय अंकल इज अ सोल्जर दिस इज द कैसाज यू पुट इट देयर दिस इज एनिमल एनिमल स्किन या ओके अच्छा नाइजीरिया आर्मी दा लग गया भाई नाइजीरियन आर्मी माय ब्रदर ओके योर ब्रदर ओके नाइजीरियन आर्मी जा भाई भाई दा भरा ना सुन के थोड़ा भरोसा आ गया ना क्यों चल आर्मी वाले का भरा बंदा देश प्रेमी होगा तो कोई गलत काम नहीं करूगा आपके देश से आने रखे किसी मतलब जान जीव जंतु दी हड्डी टाइप स्किन टाइप लग रहा सीगा उतो सुकी हुई ना उत्ते वाल जे आ भीड़ लग चुकी है काफी सारी आ देखो भी इतने ऐदा लगे हुआ दुकाना दुकाना छोटे छोटे बच्चे तैयार है स्कूल जाने लदा का एरिया बई ये कुछ एरिया है वैसे इदा की गल नहीं बई ने दसिया सू एक ने थोड़े दूर से नेड़े ही देख रहा है और होटल की रेटिंग भी चंगी सी बुक किया भाजी वो देखो वो आगे दिखी वो बिल्डिंग ग्रे वाली नहीं दिख रही वो बिल्डिंग है बई सा ग्रे वाली जी दिस रही है ना अगे एरिया तो देखो बई कि थोड़ा मतलब देखो बई कि रोड देखो सड़क इतना तो भाई दिन दिहाड़े आपका दिने दिने आपका काम कार करके दुकाना दुकाना देखो आ सारिया वैन वैसे लोकल आगे वाली लोकल वैन सारिया देखो इदा लग रहा भी अपहरण करके लैके जा रहा मैं वर्ड नहीं बोल रहा इंग्लिश वाला ज्यादा भाई सुनूंगा तो थोड़ा जा फील करूंगा अजीब
ਕਿ ਬਾਈ ਕੋ ਤਾਂ ਮੇਰੇ ਬਾਰੇ ਤਾਂ ਨਹੀਂ ਗੱਲ ਕਰ ਰਹੇ ਓਏ ਯੋ ਕਾਰ ਪਾਰਕ ਓ ਓਕੇ ਓ ਯਾ ਬਲੈਸ ਯੂ ਬਾਏ ਬਾਏ ਵਾਟਸ ਯੂਰ ਨੇਮ ਜੋਸੇਫ ਬਾਏ ਬਾਏ ਯਾ ਬਾਏ ਬਾਏ ਏਰੀਆ ਤਾਂ ਬੜਾ ਅਜੀਬ ਜਿਹਾ ਸਲਮ ਟਾਈਪ ਦਾ ਥੋੜਾ ਜਿਹਾ ਇਦਾਂ ਲੱਗ ਰਿਹਾ ਪਰ ਇੱਥੇ ਬਈ ਸਾਰੇ ਇਦਾਂ ਦੇ ਹੋਣਗੇ ਓਕੇ ਥੈਂਕ ਯੂ ਇੱਧਰ ਆ ਗਿਆ ਬਈ ਚੈੱਕ ਇਨ ਏਰੀਆ ਉਹ ਬਾਈ ਕਹਿੰਦਾ ਇੱਥੇ ਚਲੇ ਜਾਓ ਚੈੱਕ ਇਨ ਇੱਧਰ ਕਰਾਂਗੇ ਹੈਲੋ ਗੁੱਡ ਮਾਰਨਿੰਗ ਯਾ ਲੋ ਬਈ ਇੱਧਰ ਆ ਗਏ ਇੱਧਰ ਪ੍ਰੈਸ ਪ੍ਰੂਸ ਕਰ ਰਿਹਾ ਇੱਕ ਬਾਈ ਇਨ ਕਰ ਲਿਆ ਆਹ ਰੂਮ ਆ ਦਿਖਾ ਦਿੰਦਾ ਤੁਹਾਨੂੰ ਇੱਥੇ ਟੀ ਵੀ ਚੱਲ ਰਿਹਾ ਆਈ ਸੀ ਵਗੈਰਾ ਲੱਗਿਆ ਹੋਇਆ ਆਹ ਇੱਕ ਬੈੱਡ ਆ ਉੱਧਰ ਵਾਸ਼ਰੂਮ ਵਗੈਰਾ ਇਹ ਸਾਰਾ ਸਮਾਨ ਪਿਆ ਹੋਇਆ ਸਾਡਾ ਆਹ ਸਲਿੱਪ ਦੇ ਦਿੱਤੀ ਸੀ ਤਿੰਨ ਦਿਨ ਦੇ ਪੈਸੇ ਦੇ ਤੇ 37,500 ਬਣਦਾ ਸੀ ਉਹਨੂੰ 38,000 ਦੇ ਤਾ ਉਹਨੇ 38,000 ਇੱਥੇ ਲਿਖ ਕੇ ਅਤੇ ਸਲਿੱਪ ਸਾਨੂੰ ਦੇ ਦਿੱਤੀ ਆ ਕੋਈ ਵੀ ਆਈ ਡੀ ਪਰੂਫ ਨਹੀਂ ਲਿਆ ਕੋਈ ਮਤਲਬ ਪਾਸਪੋਰਟ ਵੀਜ਼ਾ ਕੁਛ ਵੀ ਚੈੱਕ ਨਹੀਂ ਕੀਤਾ ਜਸਟ ਉਹਨੇ ਨਾਮ ਪੁੱਛਿਆ ਇੱਕ ਆਹ ਸਲਿੱਪ ਕੱਟ ਕੇ ਦੇ ਦਿੱਤੀ ਅਸੀਂ ਇੰਨੇ ਪੈਸੇ ਦੇ ਤੇ ਸਵੇਰ ਦੇ 7:30 ਹੋਇਆ 7:30 ਵਜੇ ਉਹਨੇ ਚੈੱਕ ਇਨ ਕਰ ਲਿਆ ਔਰ ਅੱਜ ਤੋਂ ਹੀ ਸਟਾਰਟ ਹੋਊਗਾ ਇਹ ਨਹੀਂ ਕਿ ਮਤਲਬ ਜਿਵੇਂ 12 ਵਜੇ ਦਾ ਟਾਈਮ ਆ ਤਾਂ 5 ਘੰਟੇ ਦੇ ਐਕਸਟਰਾ ਮੰਗ ਲਏ ਜਾਂ ਕੁਛ ਵੀ ਹੈ ਨਾ ਅਸੀਂ 4 ਦਿਨ ਦਾ ਕਿਹਾ ਅਸੀਂ ਤਾਂ 3 ਦਿਨ ਦੇ ਦਿੱਤੇ ਕਿਉਂਕਿ 1 ਦਿਨ ਦਾ ਸਾਡਾ ਟੋਟਲੀ ਵੇਸਟ ਹੀ ਹੋ ਗਿਆ ਲਗਭਗ 75-76 ਘੰਟੇ ਦੇ ਟਰੈਵਲ ਤੋਂ ਬਾਅਦ ਆਪਦੇ ਫੋਟੋ ਪਹੁੰਚ ਗਏ ਲਾਗੋਸ ਚਲੋ ਬਈ ਹੁਣ ਥੋੜ੍ਹੀ ਦੇਰ ਰੈਸਟ ਕਰਾਂਗੇ ਫਿਰ ਇਸ ਵੀਡੀਓ ਨੂੰ ਕੰਟੀਨਿਊ ਕਰਦੇ ਹਾਂ ਥੋੜ੍ਹਾ ਬਹੁਤ ਦਿਖਾਉਂਦੇ ਹਾਂ ਹੋਰ ਵੀ ਚੀਜ਼ਾਂ ਇੱਥੇ ਕੀ ਕੁਛ ਹੈਗਾ ਕਿੱਦਾਂ ਨਹੀਂ ਵੈਲਕਮ ਬੈਕ ਨਾ ਤਾਂ ਨਹੀਂ ਪਾਏ ਪਰ ਹਾਂ ਇਹਨਾਂ ਵੀ ਥੋੜ੍ਹੀ ਦੇਰ ਸੌਂ ਲਏ 3-4 ਘੰਟੇ ਕਿਉਂਕਿ ਇੱਥੇ ਲਾਈਟ ਨਹੀਂ ਲਾਈਟ ਚਲੀ ਗਈ ਔਰ ਇਹਨਾਂ ਦਾ ਫੋਨ ਆਇਆ ਸਪੈਸ਼ਲੀ ਕਿ ਬਾਈ ਲਾਈਟ ਚਲੀ ਗਈ ਆ 2-3 ਘੰਟੇ ਤੱਕ ਲਾਈਟ ਨਹੀਂ ਆਊਗੀ ਇੱਦਾਂ ਇੱਥੇ ਹੁੰਦਾ ਰਹਿੰਦਾ ਸੋ ਹੁਣ ਇੱਥੋਂ ਏਅਰਪੋਰਟ ਵਾਲੇ ਪਾਸੇ ਨਾ ਇੱਕ ਇਲੂ ਬੇਜੂ ਨਾਮ ਦਾ ਏਰੀਆ ਪੈਂਦਾ ਇਲੂ ਬੇਜੂ ਏਰੀਆ ਦੇ ਵਿੱਚ ਇੰਡੀਅਨ ਰੈਸਟੋਰੈਂਟ ਬਹੁਤ ਸਾਰੇ ਇੰਡੀਅਨ ਸਕੂਲ ਵੀ ਆ ਮਤਲਬ ਇੰਡੀਅਨ ਟੈਂਪਲ ਆ ਅਤੇ ਬਾਕੀ ਉੱਥੇ ਇੱਕ ਆਪਣਾ ਗੁਰਦੁਆਰਾ ਸਾਹਿਬ ਵੀ ਆ ਸੋ ਕਾਫੀ ਚੀਜ਼ਾਂ ਮੈਂ ਵੈਸੇ ਭੁੱਖ ਬਹੁਤ ਲੱਗੀ ਸੀ ਇੰਡੀਅਨ ਰੈਸਟੋਰੈਂਟ ਜਾਣਾ ਤਾਂ ਸਾਰੀਆਂ ਚੀਜ਼ਾਂ ਆਪਾਂ ਵਿਜ਼ਿਟ ਕਰਨ ਵਾਲੇ ਹਾਂ ਇਸ ਵੀਡੀਓ ਦੇ ਵਿੱਚ ਟੈਕਸੀ ਔਡਰ ਕੀਤੀ ਆ ਉਬਰ ਚੱਲਦੀ ਆ ਪਰ ਉਬਰ ਆਈ ਨਹੀਂ ਬਈ ਬੋਲਟ ਡਾਊਨਲੋਡ ਕੀਤੀ ਬੋਲਟ ਨਾਲ ਦੀ ਨਾਲ ਐਕਸੈਪਟ ਹੋ ਗਈ ਬੋਲਟ ਆ ਰਹੀ ਆ ਲਗਭਗ 3-3.5 ਡਾਲਰ ਲਾਊਗੀ 10-11 ਕਿਲੋਮੀਟਰ ਜਾਣ ਦੇ ਵੈਸੇ ਜ਼ਿਆਦਾ ਹੈ ਪ੍ਰਾਈਜ਼ ਉਹਨੇ ਆਪ ਹੀ ਦੱਸ ਰਹੇ 1.5 ਗੁਣਾ ਜ਼ਿਆਦਾ ਲੈ ਰਹੇ ਕਿਉਂਕਿ ਡਿਮਾਂਡ ਬੜੀ ਜ਼ਿਆਦਾ ਇਸ ਟਾਈਮ ਤੁਹਾਡਾ ਹੋਟਲ ਆ ਇਹ ਹੋਟਲ ਦਾ ਮੇਨ ਸ਼ਫਟ ਹੈਲੋ ਟੈਕਸ ਇਜ਼ ਕਮ ਹੇਅਰ ਵੀ ਆਰਡਰ ਬੋਲਟ ਬੋਲਟ ਓਕੇ ਬੋਲਟ ਓਕੇ ਸੋ ਬਈ ਇੱਥੇ ਆ ਜੂਗੀ ਉਹ ਕਹਿੰਦੇ ਨਾਈਸ ਹੋਟਲ ਯਾ ਗੱਡੀ ਆਈ ਹੈ ਸ਼ਾਇਦ ਅਸੀਂ ਆਰਡਰ ਕੀਤੀ ਆ ਪਤਾ ਨਹੀਂ ਇਹੀ ਹੋਊਗੀ ਇਹੀ ਹੈ ਹੈ ਚਲੋ ਲਓ ਬਈ ਇਹ ਆਈ ਹੈ ਬੋਲਟ ਸਾਡੀ ਆਲਰਾਈਟ ਪਿੱਛੇ ਰਹਿ ਗਿਆ ਸਾਡਾ ਹੋਟਲ ਓਨਟਾਰੀਓ ਸੂਟਸ ਕੈਨੇਡਾ ਦਾ ਫੈਨ ਲੱਗਦਾ ਬੰਦਾ ਜਿਹਦਾ ਹੈਗਾ ਇਹਨੂੰ ਭੇਜੂ ਚੌਥਾ ਦਿਨ ਹੋ ਗਿਆ ਬਿਨਾਂ ਨਾਤੇ ਅੰਦਰ ਕੋਈ ਸ਼ੀਸ਼ਾ ਵੀ ਨਹੀਂ ਹੈਗਾ ਅਸੀਂ ਇੱਦਾਂ ਪਰਨਾ ਬੰਨ ਗਏ ਕਹਿੰਦਾ ਬਾਈ ਪੱਗ ਤੂੰ ਇੱਦਾਂ ਬੰਨੀ ਹੈ ਟਰੈਵਲਿੰਗ 'ਚ ਚੀਜ਼ਾਂ ਹੋ ਜਾਂਦੀਆਂ ਅਸੀਂ ਵੈਸੇ ਹੋਟਲ ਬੈਸਟ ਲਿਆ ਇਹ ਕਿਉਂਕਿ ਉਹਦੇ ਰਿਵਿਊ ਵਗੈਰਾ ਬੜੇ ਬੈਸਟ ਸੀਗੇ ਕਿ ਐਵੇਂ ਵਧੀਆ ਹੋਟਲ ਆ ਸਾਰਾ ਕੁਝ ਪਰ ਏਰੀਆ ਦਾ ਸਾਨੂੰ ਪਤਾ ਨਹੀਂ ਹੁੰਦਾ ਯਾਰ ਮੋਗਾ ਦੇ ਬਾਈ ਵਧੀਆ ਏਰੀਆ ਕਿੱਦਾਂ ਠੀਕ ਸੀਗਾ ਪ੍ਰਾਈਜ਼ ਵੀ ਅਸੀਂ ਐਂ ਨਹੀਂ ਕਿ ਲੋਐਸਟ ਪ੍ਰਾਈਜ਼ ਲਿਆ ਮਿਡਲ ਵਾਲਾ ਪ੍ਰਾਈਜ਼ ਦਾ ਲਿਆ ਹੈ ਨਾ ਪਰ ਗੂਗਲ ਦੇ booking.com ਤੇ ਵਧੀਆ ਦਿਖਾ ਰਿਹਾ ਸੀਗਾ ਇਹਦੇ ਰਿਵਿਊ ਵਗੈਰਾ ਤਾਂ ਹੀ ਅਸੀਂ ਬੁੱਕ ਕੀਤਾ ਨਹੀਂ ਤਾਂ ਨਹੀਂ ਕਰਨਾ ਸੀਗਾ ਪਰ ਹਾਂ ਠੀਕ ਹੈ ਏਰੀਆ ਉਦਾਂ ਦਾ ਹੀ ਹੈ ਬੜਾ ਅਜੀਬ ਜਿਹਾ ਪਰ ਬਾਕੀ ਕੰਮ ਓਕੇ ਆ ਹੋਟਲ ਠੀਕ ਲੱਗਿਆ ਯਾਰ ਹੁਣ ਸਮਾਨ ਵਗੈਰਾ ਡਾਲਰ ਵਗੈਰਾ ਸਭ ਕੁਝ ਉੱਥੇ ਛੱਡ ਗਿਆ ਲੈਪਟਾਪ ਵਗੈਰਾ ਪਤਾ ਨਹੀਂ ਯਾਰ ਜੇ ਸੇਫ ਹੋਇਆ ਤਾਂ ਬੱਚੇ ਰਹਿਣਗੇ ਨਹੀਂ ਤਾਂ ਕੋਈ ਕਰ ਲੂਗਾ ਚੋਰੀ ਚੋਰੀ ਕੀ ਕਹਿ ਸਕਦੇ ਆ ਬਈ ਆ ਦੇਖੋ ਇਹ ਬਾਈ ਸ਼ਾਇਦ ਉਹ ਬੈਠਾ ਪੈਸੇ ਕੱਢਣ ਨੂੰ ਮੇਰੇ ਹਿਸਾਬ ਨਾਲ ਇੱਦਾਂ ਲੱਗਦਾ ਇੱਦਾਂ ਬੈਠੇ ਰਹਿੰਦੇ ਆ ਮਸ਼ੀਨ ਤੇ ਤੁਸੀਂ ਸਵਾਈਪ ਕਰੋ ਤੇ ਉਦੋਂ ਪੈਸੇ ਲੈ ਸਕਦੇ ਹੋ ਲੋਕਲ ਹੋ ਜਾਂਦੇ ਉਹਨਾਂ ਟੂਰਿਸਟ ਕੋਈ ਨਹੀਂ ਲੈਂਦਾ ਕਿ ਟੂਰਿਸਟ ਨੂੰ ਕੋਈ ਫਾਇਦਾ ਨਹੀਂ ਆ ਐਕਸਚੇਂਜ ਰੇਟ ਬਹੁਤ ਗੰਦਾ ਮਿਲਦਾ ਡਰ ਰਹਾ ਤਾਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਤੇ ਉਹਨੇ ਸਾਨੂੰ ਇੰਨਾ ਅਸੀਂ ਡਰ ਕੇ ਆਏ ਨਹੀਂ ਸੀਗੇ ਉਹ ਤਾਂ ਪੜਿਆ ਸਾਰਾ ਕੁਝ ਸੀਗਾ ਵੀ ਇਦਾਂ ਦਾ ਸੀਨ ਹੈਗਾ ਪਰ ਉਹਨਾਂ ਨੇ ਜਦੋਂ ਬਾਦਰੀ ਚੱਲ ਕੋਈ ਨਹੀਂ ਯਾਰ ਸਾਰੀ ਦੁਨੀਆ ਰਹਿੰਦੀ ਹੈ ਲੋਕ ਰਹਿੰਦੇ ਉੱਥੇ ਪਰ ਬਈ ਜਦ ਰਾਤ ਨੂੰ ਉਹਨਾਂ ਨੇ ਡਰਾਇਆ ਤਾਂ ਉਸ ਤੋਂ ਬਾਅਦ ਖੌਫ ਜਿਹੜਾ ਨਾ ਅੰਦਰ ਬੈਠ ਗਿਆ ਹੁਣ ਪਰ ਚਲੋ ਹੁਣ ਦਿਲ ਤੇ ਹੱਥ ਰੱਖ ਕੇ ਸਮਾਨ ਸਮੂਨ ਰੱਖ ਕੇ ਆ ਗਏ ਹਾਂ ਅਫਰੀਕਾ ਦੀ ਸਭ ਤੋਂ ਵੱਡੀ ਕੰਟਰੀ ਆ ਜਿੱਥੇ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਆ ਅਤੇ ਅਬੂਜਾ ਬਿਲਕੁਲ ਵਿਚਾਲੇ ਆ ਅਤੇ ਜਿਹੜਾ ਇਹ ਲਾਗੋਸ ਹੈ ਬਿਲਕੁਲ ਸਮੁੰਦਰ ਵਾਲੇ ਪਾਸੇ ਨੂੰ ਮੈਂ ਇੱਥੇ ਮੈਪ ਲਾਤਾ ਹੋਊਗਾ ਤੁਹਾਨੂੰ ਦੇਖ ਵੀ ਰਿਹਾ ਹੋਣਾ ਅਤੇ ਮੇਨਲੀ ਫਲਾਈਟਾਂ ਵਗੈਰਾ ਵੀ ਲਾਗੋਸ ਜ਼ਿਆਦਾ ਆਉਂਦੀਆਂ ਅਬੂਜਾ ਥੋੜ੍ਹੀਆਂ ਘੱਟ ਆਉਂਦੀਆਂ ਪਰ ਇਸ ਵਾਲੀ ਜਿਹੜੀ ਕਰੰਸੀ ਉਹਨੂੰ ਨਾਇਰਾ ਕਹਿੰਦੇ ਆ ਇੱਕ ਨਾਇਰਾ ਓਫੀਸ਼ਲੀ ਜਿਹੜਾ 426 ਡਾਲਰ 426 ਨਾਇਰਾ ਦੇ ਬਰਾਬਰ ਹੁੰਦਾ ਪਰ ਇੱਕ ਉੱਦਾਂ ਜੇ ਤੁਸੀਂ ਲਓਗੇ ਇੱਥੇ ਦੂਜੀ ਮਾਰਕੀਟ ਦੇ ਵਿੱਚੋਂ ਤਾਂ 720 ਦੇ
ਨੇੜੇ ਤੇੜੇ ਮਿਲ ਜਾਂਦਾ। ਟੋਟਲ ਇਹਦੀ ਪੋਪੂਲੇਸ਼ਨ ਜਿਹੜੀ ਮੇਰੇ ਹਿਸਾਬ ਨਾਲ 25 ਕਰੋੜ ਦੇ ਨੇੜੇ ਤੇੜੇ ਹੋਊਗਾ। ਏਰੀਆ ਹੋ ਗਿਆ ਇੱਥੇ, ਇੱਥੇ ਬਹੁਤ ਸਾਰੇ ਇੰਡੀਅਨ ਰੈਸਟੋਰੈਂਟ ਵਗੈਰਾ ਗਏ, ਇੰਡੀਅਨ ਏਰੀਆ ਮੈਨੂੰ ਕਿਹਾ ਜਾਂਦਾ, ਉਹ ਸਾਰੇ ਰਹਿੰਦੇ ਵੀ ਇੱਥੇ। ਆ ਗਿਆ ਲਿਖਿਆ ਹੋਇਆ ਜਾਇਕਾ ਇੰਡੀਅਨ ਰੈਸਟੋਰੈਂਟ, ਪਹਿਲੇ ਫਲੋਰ ਤੇ ਆ। ਇਹ ਹਿੰਦੀ ਚ ਵੀ ਲਿਖਿਆ ਹੋਇਆ ਜਾਇਕਾ ਐਂਟਰੈਂਸ ਏਰੀਆ। ਵੀ ਇਹ ਦੇਖਣ ਨੂੰ ਵੀ ਥੋੜਾ ਠੀਕ ਲੱਗ ਰਿਹਾ ਏਰੀਆ, ਹੈ ਹੁਣ ਇਹ ਵੀ ਨਾਈਜੀਰੀਆ 200 ਨਾਇਰਾ ਦਾ ਨੋਟ ਆ ਆਲਮੋਸਟ। ਵੈਸੇ ਤਾਂ ਆਫੀਸ਼ੀਅਲ ਰੇਟ $0.5 ਹੋ ਗਿਆ, ਪਰ ਓਦਾਂ ਇਹ $0.5 ਦਾ ਵੀ ਅੱਧਾ ਹੋ ਗਿਆ। ਉਹ ਵੀ ਦੇਖੋ ਜਾਇਕਾ ਫਸਟ ਫਲੋਰ ਅਪਸਟੇਅਰਸ, ਕਾਫੀ ਇੰਟਰਸਟਿੰਗ ਜਿਹਾ ਮੈਨਿਊ ਹੈ ਜਾਇਕਾ। ਇਲੂ ਪੇਜੂ ਇਸ ਏਰੀਏ ਦਾ ਨਾਮ ਹੈ। ਡਿਲੀਵਰੀ ਡੁਲਵਰੀ ਇਹ ਸਾਰੇ ਲਾਗੋਸ 'ਚ ਕਰਦੇ ਆ, ਕਾਫੀ ਵੱਡਾ ਸ਼ਹਿਰ ਆ ਲਾਗੋਸ ਵੈਸੇ। ਮੈਂ ਮੰਗਾਈਆਂ 2 ਤੰਦੂਰੀ ਰੋਟੀਆਂ ਜਿਹੜੀ ਕਿ ਲਗਭਗ 700-1400 ਦੇ ਪਏ ਹਨ। ਗੁਰੂ ਬਾਈ ਨੇ ਮੰਗਾਇਆ ਗਾਰਲਿਕ ਨਾਨ 1500 ਦਾ, ਅਤੇ ਰਸਗੁੱਲੇ ਤੋਂ ਲੈ ਕੇ ਐਵਰੀਥਿੰਗ, ਪਨੀਰ ਟਿੱਕਾ ਐਵਰੀਥਿੰਗ, ਦਾਲ ਫਰਾਈ ਦੇਖੋ ਸਮਾਲ ਮੀਡੀਅਮ ਲਾਰਜ ਤਿੰਨ ਤਰ੍ਹਾਂ ਦੀਆਂ ਕੌਲੀਆਂ ਦੇ ਵਿੱਚ ਤੁਸੀਂ ਲੈ ਸਕਦੇ ਹੋ। ਮੈਂ ਮੰਗਾਈ ਆ ਪਨੀਰ ਮਸਾਲਾ, ਅੰਕੁਰ ਬਾਈ ਨੇ ਆਪਦਾ ਮੰਗਾਇਆ 3500-3500 ਦਾ, ਲਗਭਗ 3500 ਗਏ $5 ਹੋ ਗਏ, 400 ਇੰਡੀਅਨ ਰੁਪੀਸ ਦੇ ਵਿੱਚ ਤੁਹਾਨੂੰ ਸਮਾਲ ਮਿਲ ਜੂਗੀ ਜਿਹੜੀ ਇੱਕ ਬੰਦਾ ਖਾ ਸਕਦਾ, ਅਤੇ $8-9 ਦੇ ਵਿੱਚ ਤੁਸੀਂ ਇੱਕ ਟਾਈਮ ਦੀ ਰੋਟੀ ਖਾ ਸਕਦੇ ਨਾਈਜੀਰੀਆ ਦੇ ਵਿੱਚ। ਨਾਈਜੀਰੀਆ ਦੇ ਸਾਨੂੰ ਥੋੜ੍ਹੀ ਮਹਿੰਗੀ ਹੈ ਪਰ ਠੀਕ ਰੇਟ ਆ, ਓਵਰ ਨਹੀਂ ਕਹਿ ਸਕਦੇ ਤੁਸੀਂ। ਬਾਕੀ ਇੱਧਰ ਆ ਸਾਰਾ ਮੈਨਿਊ ਵਗੈਰਾ ਆ ਗਿਆ। ਇਹ ਆਇਆ ਬਈ ਮੇਰਾ ਪਨੀਰ ਮਸਾਲਾ, ਠੀਕ ਹੈ ਇੱਕ ਬੰਦੇ ਲਈ ਕਾਫੀ ਕੁਆਂਟਿਟੀ ਆ $5 ਦੇ ਵਿੱਚ। ਇੱਧਰ ਨੂੰ ਅੰਕੁਰ ਬਾਈ ਦਾ ਆਇਆ ਚਿਕਨ, ਹਾਂ ਕੁਆਂਟਿਟੀ ਠੀਕ ਲੱਗ ਰਹੀ ਆ ਬਈ। ਅਤੇ ਆ ਗਿਆ ਉਹਨਾਂ ਦਾ ਗਾਰਲਿਕ ਨਾਨ, ਅਤੇ ਆ ਗਈਆਂ ਮੇਰੀਆਂ ਤੰਦੂਰੀ ਰੋਟੀਆਂ। ਕਾਫੀ ਵਧੀਆ ਲੱਗ ਰਿਹਾ ਯਾਰ, ਪਨੀਰ ਮਸਾਲਾ ਜਿਹੜਾ ਦੇਖਣ 'ਚ ਕਾਫੀ ਟੇਸਟੀ ਹੈ। ਇਹ ਤੰਦੂਰੀ ਰੋਟੀ ਨਹੀਂ ਹੈ ਵੈਸੇ, ਜਿਹੜਾ ਤੰਦੂਰ ਇਹਨਾਂ ਦਾ ਦੂਜਾ ਹੋਊਗਾ, ਇਲੈਕਟ੍ਰਿਕ ਤੰਦੂਰ ਹੋਊਗਾ। ਹਾਂ ਇਹ ਇਲੈਕਟ੍ਰਿਕ ਤੰਦੂਰ 'ਤੇ ਬਣਾ, ਇਸ ਲਈ ਨਹੀਂ ਲੱਗ ਰਿਹਾ ਬਾਈ। ਠੀਕ ਆ ਬਈ, ਰੋਟੀ ਮਤਲਬ ਮੈਦੇ ਦੀ ਨਹੀਂ ਲੱਗ ਰਹੀ, ਆਟੇ ਦੀ ਲੱਗ ਰਹੀ ਹੈ। ਬਿੱਲ ਸੀਗਾ ਇੰਨਾ ਆਇਆ, ਵੈਸੇ ਇੱਕ ਵੀ ਮੰਗਵਾ ਤੇ ਚੱਲ ਜਾਣਾ ਸੀਗਾ, ਸਮਾਲ ਸਾਈਜ਼ ਹੀ ਬਹੁਤ ਵੱਡਾ, ਬਹੁਤ ਔਖਾ ਖਾਧਾ ਮਤਲਬ। $11,970 ਬਿੱਲ ਹੈ, ਦੇਖ ਲਓ ਕਿੰਨੇ ਡੋਲਰ ਹੋ ਗਏ, 700 ਨਾਲ ਇਹਨੂੰ ਕਰ ਲਿਓ ਡਿਵਾਈਡ ਕਰ ਲਿਓ, ਕੱਲ੍ਹ ਆਵਾਂਗੇ। ਆਹ ਇੱਥੇ ਇਹਨਾਂ ਨੇ ਦਾਰੂ ਦੂਰੂ ਦਾ ਵੀ ਲਾ ਰੱਖਿਆ, ਕਿੰਨੀਆਂ ਵੱਡੀਆਂ ਵੱਡੀਆਂ ਬੋਤਲਾਂ। ਪਰ ਅੱਗੇ ਦੇਖਦੇ ਹਾਂ, ਇੱਥੇ ਇੰਡੀਅਨ ਕਾਫੀ ਰੈਸਟੋਰੈਂਟ ਵਗੈਰਾ, ਹੋਰ ਇੰਡੀਅਨ ਸਕੂਲ ਅਤੇ ਹੋਰ ਕਈ ਚੀਜ਼ਾਂ ਆਈਆਂ। ਸਕੂਲ ਤਾਂ ਵੈਸੇ ਨੋਰਮਲ ਹੋਊਗਾ, ਉੱਥੇ ਤਾਂ ਜਾ ਰਹੇ, ਪਰ ਮੈਂ ਚਲੋ ਥੋੜ੍ਹਾ 400-500 ਮੀਟਰ ਇੱਥੇ ਤੁਰਦੇ ਹਾਂ, ਹੋਰ ਕੀ ਕੁਛ ਉਹ ਥੋੜ੍ਹਾ ਦੇਖਦੇ ਹਾਂ, ਨਾਲੇ ਥੋੜ੍ਹਾ ਬਹੁਤ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਦਾ। ਇਹਨਾਂ ਦਾ ਮੇਨ ਏਰੀਆ ਤਾਂ ਬੰਗਲੇ ਕਾਫੀ ਵੱਡੇ ਆ, ਇਹ ਮਤਲਬ ਇੱਦਾਂ ਥੋੜ੍ਹਾ ਇੰਡਸਟਰੀਅਲ ਜਿਹਾ ਵੀ ਲੱਗਦਾ ਵਿੱਚ ਵਿੱਚ, ਪਰ ਵਿੱਚ ਵਿੱਚ ਇੱਦਾਂ ਲੱਗਦਾ ਕਿ ਲੋਕਾਂ ਦੇ ਘਰ ਹੋਣ। ਲਾਈਨ ਦੇਖੋ ਕਿੱਦਾਂ ਲੰਬੀ ਲੱਗੀ ਬਈ, ਇੱਥੇ ਕੁਛ ਹੋਇਆ ਅੱਗੇ, ਇੰਨਾ ਟ੍ਰੈਫਿਕ ਤਾਂ ਨਹੀਂ ਸੀਗਾ ਪਹਿਲਾਂ। ਠੀਕ ਹੈ ਯਾਰ, ਆਹ ਸਾਰਾ ਏਰੀਆ ਨਾ ਕਾਫੀ ਪੋਸਟ ਲੱਗ ਰਿਹਾ, ਔਰ ਲੋਕ ਵੈਸੇ ਨਾ ਬੜੇ ਹਸਮੁੱਖ ਆ, ਹਰ ਬੰਦਾ ਇੱਥੇ ਬੁਲਾ ਕੇ ਜਾ ਰਿਹਾ, ਕੋਈ ਵੀ ਬੰਦਾ ਨਾ ਇੱਦਾਂ ਬੜਾ ਖੁਸ਼ ਹੋ ਕੇ ਬੁਲਾ ਕੇ ਜਾ। ਗੱਡੀ ਦੇ ਵਿੱਚ ਵੀ ਨਾ ਲੋਕ ਇੱਦਾਂ ਮੈਨੂੰ ਮਤਲਬ ਇੱਦਾਂ ਹੈਲੋ ਹੈਲੋ ਕਰਕੇ ਜਾ ਰਹੇ ਸੀ, ਹੈਲੋ। ਦੇਖੋ ਹਰ ਬੰਦਾ ਬੁਲਾ ਕੇ ਜਾ ਰਿਹਾ, ਪਿਆਰੇ ਲੋਕ ਆ ਯਾਰ, ਪੂਰੇ ਲੋਕਾਂ ਕਰਕੇ ਬਦਨਾਮੀ ਇੰਨੀ ਹੋ ਚੁੱਕੀ ਹੈ ਨਾ, ਹਰ ਬੰਦਾ ਫਿਰ ਉੱਦਾਂ ਦਾ ਲੱਗਣ ਲੱਗ ਜਾਂਦਾ, ਥੋੜ੍ਹਾ ਜਿਹਾ ਮਤਲਬ ਇੱਦਾਂ ਖੌਫ ਜਿਹੜਾ ਨਾ ਸਾਡੇ 'ਚ ਪੈ ਚੁੱਕਿਆ। ਪਹਿਲਾਂ ਸੀਗਾ ਇੰਨਾ ਨਹੀਂ ਸੀਗਾ, ਪਰ ਜਿਹੜਾ ਰਾਤ ਪੁਲਿਸ ਵਾਲੀ ਨੇ ਪਾ ਦਾ ਨਾ, ਉਹ ਕੁਛ ਜ਼ਿਆਦਾ ਹੀ ਵੱਡੇ ਲੈਵਲ ਦਾ ਖੌਫ ਪਾ ਦਾ ਬਈ। ਇਹ ਬਾਈ ਇੱਥੇ ਲਾ ਕੇ ਬੈਠਾ ਹੋਇਆ ਸੀ, ਮੈਨੂੰ ਪੁੱਛਿਆ ਵਟਸ ਯੋਰ ਨੇਮ ਬ੍ਰਦਰ, ਲਵਲੀ, ਓਕੇ। ਸੋ ਬਾਈ ਇਹ ਬਾਈ ਇੱਥੇ ਗੈਸ ਦੇ ਰਿਹਾ, ਇਹ ਕਹਿੰਦਾ ਵੀ ਘਰੇਲੂ ਗੈਸ ਆ, ਉਹ LPG ਜਿਵੇਂ ਭਰ ਕੇ ਰੱਖਿਆ ਹੋਇਆ, ਲੋਕ ਆਉਂਦੇ ਹੋਣਗੇ ਤੇ ਇੱਥੇ ਬਾਈ ਭਰ ਕੇ ਦੇ ਦਿੰਦਾ ਹੋਊਗਾ, ਤੋਲ ਕੇ ਦੇ ਦਿੰਦਾ ਹੋਊਗਾ। ਵਟ ਇਜ਼ ਦਾ ਪ੍ਰਾਈਸ ਫੋਰ 1 KG ਆਫ ਗੈਸ? 850 ਨਾਇਰਾ ਫੋਰ 1 KG, ਓਕੇ। ਐਂਡ ਹਾਊ ਮੈਨੀ ਕਿਲੋਜ਼ ਇਨ ਦਿਸ ਸਿਲੰਡਰ? 12.5 KG, ਓਕੇ। ਐਂਡ 850 ਨਾਇਰਾ ਪਰ KG? ਨਾਈਸ ਬ੍ਰੋ, ਨਾਈਸ ਟੂ ਮੀਟ ਯੂ, ਬਾਏ ਬਾਏ। ਗੈਸ ਵੇਚ ਰਿਹਾ ਸੀਗਾ ਇੱਥੇ 850 ਨਾਇਰਾ, ਮਤਲਬ ਲਗਭਗ ਲਾ ਲਓ 100 ਰੁਪਈਆ ਲਾ ਲਓ ਮੋਟਾ ਮੋਟਾ, ਤੁਸੀਂ 100 ਰੁਪਈਏ ਕਿਲੋ ਹੋ ਗਈ, ਮਤਲਬ ਇੱਕ ਸਿਲੰਡਰ 12.5 ਕਿਲੋ ਦਾ 1200 ਦਾ ਹੋ ਗਿਆ। ਇੰਡੀਆ ਵਾਲਾ ਰੇਟ ਹੀ ਆ ਇੱਥੇ, ਪਰ ਕੈਪੀਟਾ GDP ਇੰਡੀਆ ਵਰਗੀ ਆ, $2,300-2400 ਆ, ਇੰਡੀਆ 'ਚ ਵੀ ਤਾਂ $2,500 ਹੀ ਚੱਲਦੀ ਆ ਲਗਭਗ ਇੱਦਾਂ ਦੀ। ਇੱਥੋਂ ਦੀ ਨੈਸ਼ਨਲ ਲੈਂਗੁਏਜ ਇੰਗਲਿਸ਼ ਆ, 5 ਕਰੋੜ ਲੋਕ ਇਸ ਦੇਸ਼ ਦੇ ਵਿੱਚ ਰਹਿੰਦੇ ਨੇ, ਸਭ ਤੋਂ ਵੱਧ ਪਾਪੂਲੇਸ਼ਨ ਵਾਲੀ ਕੰਟਰੀ ਹੈ ਅਫਰੀਕਾ 'ਚ। ਠੀਕ ਆ ਬਈ, ਇੰਨੀ ਉਹ ਨਹੀਂ ਆ, ਪਰ ਹਾਂ ਠੀਕ ਹੈ, ਇੱਥੇ ਜਿਹੜੀ ਨਾ ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ ਕਾਫੀ ਪ੍ਰੋਬਲਮ ਤਾਂ ਹੈਗੀ ਆ ਵੈਸੇ, ਜਿਹੜੀ ਕਿ ਬੇਰੁਜ਼ਗਾਰੀ ਦੀ ਤੁਸੀਂ ਕਹਿ ਸਕਦੇ ਹੋ। ਟੋਟਲ ਇੱਥੇ 2.5 ਕਰੋੜ ਲੋਕ ਰਹਿੰਦੇ ਇਸ ਸਿਟੀ ਦੇ ਵਿੱਚ, ਲਾਗੋਸ ਦੇ ਵਿੱਚ ਸਭ ਤੋਂ ਵੱਡੀ ਸਿਟੀ ਹੈ ਇਹਨਾਂ ਦੀ ਇਹ। ਔਰ ਨਾਈਜੀਰੀਆ, ਮੈਂ ਜਦੋਂ ਤੁਹਾਨੂੰ ਪਹਿਲਾਂ ਦੱਸਿਆ, ਸਭ ਤੋਂ ਵੱਧ ਪਾਪੂਲੇਸ਼ਨ ਵਾਲੀ ਕੰਟਰੀ ਹੈ ਪੂਰੇ ਅਫਰੀਕਾ ਦੇ ਵਿੱਚ, ਜਿੱਥੇ ਕਿ ਰਹਿੰਦੇ ਨੇ ਤਕਰੀਬਨ 22-23 ਕਰੋੜ ਲੋਕ, ਸਭ ਤੋਂ ਵੱਧ ਪਾਪੂਲੇਸ਼ਨ ਆ। ਔਰ ਪਾਪੂਲੇਸ਼ਨ ਕਰਕੇ ਥੋੜ੍ਹੀਆਂ ਪ੍ਰੋਬਲਮਸ ਤਾਂ ਖੈਰ ਹੁੰਦੀਆਂ ਹੀ ਹੁੰਦੀਆਂ, ਬਾਕੀ ਆਲਮੋਸਟ ਠੀਕ ਲੱਗ ਰਹੀ ਆ।
ਡੇਂਜਰਸ ਤਾਂ ਚਲੋ ਹੈਗੀ ਹੈਗੀ ਆ ਉਹ ਜਿਹੜਾ ਦੇਸ਼ ਵੀ ਇੰਗਲੈਂਡ ਤੋਂ ਜ਼ਿਆਦਾ ਜਿਹੜਾ ਫਰੈਂਚ ਤੋਂ ਜ਼ਿਆਦਾ ਉਹਦੀ ਫਰੈਂਚ ਹੋ ਗਈ ਇੰਗਲੈਂਡ ਤੋਂ ਜ਼ਿਆਦਾ ਉਹਦੀ ਉਹ ਹੋ ਗਈ ਹੈ ਨਾ ਸੋ ਤਾਂ ਕਰਕੇ ਵੀ ਇਹਦੀ ਓਫਿਸ਼ੀਅਲ ਲੈਂਗੁਏਜ ਆ ਜਿਹੜੀ ਉਹ ਇੰਗਲਿਸ਼ ਹੀ ਆ ਲਗਭਗ ਸਾਰੇ ਲੋਕ ਬੋਲ ਲੈਂਦੇ ਜਿਹਦੇ ਨਾਲ ਮਰਜ਼ੀ ਗੱਲ ਕਰੋ ਇੰਗਲਿਸ਼ 'ਚ ਗੱਲ ਕਰ ਲੈਂਦਾ ਵੈਸੇ ਇੱਥੇ ਓਫਿਸ਼ੀਅਲੀ ਜੇ ਮੈਂ ਗੱਲ ਕਰਾਂ ਤਿੰਨ ਲੈਂਗੁਏਜ ਹੋਰ ਆ ਜਿਹੜੀਆਂ ਲੋਕਲ ਇੱਥੇ ਮੇਨ ਬੋਲੀਆਂ ਜਾਂਦੀਆਂ ਔਰ ਉੱਦਾਂ ਇੱਥੇ 550 ਤੋਂ ਵੀ ਜ਼ਿਆਦਾ ਲੋਕਲ ਲੈਂਗੁਏਜ ਆ ਅਲੱਗ ਅਲੱਗ ਏਰੀਆ ਦੇ ਹਿਸਾਬ ਨਾਲ ਕੁਛ ਏਰੀਆ ਇਸ ਕੰਟਰੀ ਦੇ ਵਿੱਚ ਬਹੁਤ ਹੀ ਜ਼ਿਆਦਾ ਖਤਰਨਾਕ ਆ ਲੇਕਿਨ ਕੁਛ ਏਰੀਆ ਠੀਕ ਠਾਕ ਖਤਰਨਾਕ ਆ ਕੁਛ ਏਰੀਆ ਹਲਕੇ ਫੁਲਕੇ ਏਰੀਆ ਹੀ ਆ ਜਿਹੜੇ ਬਹੁਤ ਸੇਫ ਆ ਇਹਨਾਂ ਦੇ ਵਿੱਚੋਂ ਇੱਕ ਏਰੀਆ ਇਹ ਆ ਜਿੱਥੇ ਤੁਰ ਰਹੇ ਹਾਂ ਘੁੰਮ ਕੇ ਆਉਣਾ ਪਿਆ ਵੀ ਪਰਲੇ ਪਾਸੇ ਗੇਟ ਸੀਗਾ ਉਹ ਗੇਟ ਬੰਦ ਸੀਗਾ 30 ਮੀਟਰ ਅਸੀਂ ਅੰਦਰ ਆਉਣਾ ਸੀਗਾ ਫਿਰ ਅਸੀਂ ਉੱਧਰੋਂ ਪੂਰਾ ਘੁੰਮ ਕੇ ਆਏ ਅਤੇ ਹੁਣ ਇੱਥੋਂ ਜਾ ਕੇ ਇੱਧਰ ਮੁੜਾਂਗੇ ਏਰੀਆ ਦੇ ਵਿੱਚ ਨਾ ਗੁਰਦੁਆਰਾ ਸੀਗਾ ਇੱਕ ਮੈਂ ਕਿਹਾ ਚਲੋ ਉੱਥੇ ਗੁਰਦੁਆਰੇ ਵਿਜ਼ਿਟ ਕਰ ਲੈਂਦੇ ਹਾਂ ਪਰ ਸਾਨੂੰ ਲੱਭਿਆ ਨਹੀਂ ਪਰਲੇ ਪਾਸੇ ਉੱਤੇ ਵੀ ਨਹੀਂ ਹੈਗਾ ਇੱਧਰ ਆ ਗਏ ਇੱਥੇ ਵੀ ਨਹੀਂ ਗੁਰਦੁਆਰਾ ਸਾਹਿਬ ਹੈਗਾ ਸੋ ਇਹ ਬੰਦਾ ਸ਼ਾਇਦ ਇੱਥੇ ਹੋਵੇ ਦਿਸ ਵਨ ਗੁਰਦੁਆਰਾ ਸਾਹਿਬ ਇੱਥੇ ਬਾਈ ਵੀ ਆਏ ਆ ਤੁਸੀਂ ਵਿਜ਼ਿਟ ਕਰਨ ਆਏ ਹੋ ਅੱਛਾ ਸਰ ਬਾਹਰ ਨਹੀਂ ਕਿਤੇ ਲਿਖਿਆ ਹੋਇਆ ਸੀਗਾ ਅੰਦਰ ਜਿਵੇਂ ਆਏ ਅੰਦਰ ਇੱਥੇ ਹੈਗਾ ਵੀ ਗੁਰਦੁਆਰਾ ਸਾਹਿਬ ਆਏ ਇਹ ਬਾਈ ਇੱਥੇ ਆਇਆ ਇਹ ਸਾਰਾ ਇੱਧਰ ਬਾਈ ਪਿੱਛੇ ਪਤਾ ਨਹੀਂ ਖੁੱਲ੍ਹਾ ਕਿ ਨਹੀਂ ਇਹ ਆ ਬਾਈ ਹਾਲ ਗੁਰਦੁਆਰਾ ਸਾਹਿਬ ਦਾ ਵਾਹਿਗੁਰੂ ਮਹਾਰਾਜ ਦਾ ਪ੍ਰਕਾਸ਼ ਆ ਇੱਧਰ ਨਿਸ਼ਾਨ ਸਾਹਿਬ ਇੱਥੇ ਅੰਦਰ ਹੀ ਲਾਇਆ ਹੋਇਆ ਮਤਲਬ ਇੱਦਾਂ ਛੋਟਾ ਜਿਹਾ ਕਾਫੀ ਸਿਕਿਉਰਿਟੀ ਦੀ ਲੋੜ ਆ ਇੱਥੇ ਨਾ ਮੈਂ ਤੁਹਾਨੂੰ ਦਿਖਾ ਦਿੰਦਾ ਬਾਹਰ ਆ ਜਾਓ ਇੱਥੇ ਬਾਈ ਕਰਾ ਰਿਹਾ ਕੰਮ ਪਿਆਰੋ ਵਗੈਰਾ ਲਾ ਰਿਹਾ ਕੈਂਟਾਰ ਹੋ ਗਈ ਇੱਥੇ ਵੀ ਆਉਂਦਾ ਇੰਡੀਅਨ ਕਾਫੀ ਪ੍ਰੋਡਕਟ ਵੈਸੇ ਆਉਂਦੇ ਆ ਮੈਨੂੰ ਲੱਗਦਾ ਇੱਥੇ ਆਹ ਦੇਖੋ ਕਿੱਦਾਂ ਮਤਲਬ ਪੂਰਾ ਇਹਨਾਂ ਨੇ ਕਵਰ ਕੀਤਾ ਹੋਇਆ ਆਹ ਗੇਟ ਆ ਬਾਹਰ ਨਹੀਂ ਕਿਤੇ ਵੀ ਲਿਖਿਆ ਹੋਇਆ ਸੀਗਾ ਮੈਂ ਤੁਹਾਨੂੰ ਬਾਹਰੋਂ ਦਿਖਾ ਦੂੰਗਾ ਜੇਕਰ ਤੁਸੀਂ ਆਉਂਦੇ ਹੋ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੁਸੀਂ ਇੱਥੇ ਪ੍ਰਬੰਧ ਤੁਸੀਂ ਕਰਾਉਂਦੇ ਹੋ ਜੀ ਇੱਦਾਂ ਕੁਝ ਨਹੀਂ ਅਸੀਂ 4-5 ਜਾਣੇ ਹੈਗੇ ਅੱਛਾ 4-5 ਜਾਣੇ ਜੀ ਵੈਸੇ ਤੁਸੀਂ ਕਿੱਥੋਂ ਜੀ ਅਸੀਂ ਮੈਂ ਇੱਥੇ ਰਹਿੰਦਾ ਹਾਂ ਜੀ ਨਹੀਂ ਪੰਜਾਬ ਤੋਂ ਕਿੱਥੋਂ ਹੁਸ਼ਿਆਰਪੁਰ ਅੱਛਾ ਹੁਸ਼ਿਆਰਪੁਰ ਤੋਂ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਹੋ ਜੀ ਬਹੁਤ ਟਾਈਮ ਅੱਛਾ ਜੀ 20-22 ਸਾਲ ਠੀਕ ਹੈ ਇਹ ਏਰੀਆ ਭਾਅ ਜੀ ਉਦਾਂ ਸੇਫ ਹੈ ਜੀ ਇਹ ਵਾਲਾ ਏਰੀਆ ਅੱਛਾ ਅੱਛਾ ਜੀ ਠੀਕ ਹੈ ਜੀ ਓਕੇ ਸਹੀ ਆ ਬਾਈ ਕਹਿੰਦੇ 4-5 ਬੰਦੇ ਆ ਟੋਟਲ ਉਹ ਇੱਥੇ ਪ੍ਰਬੰਧ ਕਰਦੇ ਆ ਸਾਰੇ ਬਹੁਤੇ ਬੰਦੇ ਤਾਂ ਨਹੀਂ ਹੈਗੇ ਬਾਈ ਨੇ ਦੱਸਿਆ ਇਹ ਗੁਰਦੁਆਰਾ ਸਾਹਿਬ ਦਾ ਇਹ ਇੱਧਰ ਸ਼ਾਇਦ ਛੋਟਾ ਇੱਕ ਹਾਲ ਬਣਿਆ ਹੋਇਆ ਭਾਅ ਜੀ ਕੀ ਪ੍ਰੋਗਰਾਮ ਹੈ ਜੀ ਇੱਥੇ ਪਾਠ ਹੈ ਜੀ ਤਿੰਨ ਦਿਨ ਹੈ ਸੰਡੇ ਨੂੰ ਭੋਗ ਹੋਊਗਾ ਜੀ ਠੀਕ ਹੈ ਅੱਛਾ ਜੀ ਕਿੰਨੇ ਕੁ ਭਾਅ ਜੀ ਸਿੱਖ ਰਹਿੰਦੇ ਕਿੰਨੇ ਕੁ ਜੀ ਅੱਛਾ ਜੀ ਮਤਲਬ ਸੰਡੇ ਨੂੰ ਕਿੰਨੇ ਇਕੱਠੇ ਹੋ ਜਾਂਦੇ ਬੰਦੇ 100 ਅੱਛਾ ਜੀ ਅੱਛਾ 30-40 ਬੰਦੇ ਹੋ ਜਾਂਦੇ ਜੀ ਠੀਕ ਹੈ ਜੀ ਗੁਰਦੁਆਰਾ ਸਾਹਿਬ ਨੂੰ ਬਣੇ ਕਿੰਨਾ ਟਾਈਮ ਹੋ ਗਿਆ ਭਾਅ ਜੀ ਇਹਨਾਂ ਨੂੰ ਤਾਂ ਕਾਫੀ ਟਾਈਮ ਹੋ ਗਿਆ 15 ਸਾਲ ਹੋ ਗਏ ਠੀਕ ਹੈ ਜੀ ਹੋਰ ਇੱਥੇ ਕੋਈ ਟੈਂਪਲ ਵੀ ਹੈਗਾ ਜੀ ਹਿੰਦੂ ਟੈਂਪਲ ਵਗੈਰਾ ਕਿੰਨੇ ਇੱਥੇ ਨੇੜੇ ਆ ਜਾਂ ਦੂਰ ਇੱਥੋਂ ਹੀ ਇੱਥੇ ਨੇੜੇ ਹੀ ਆ ਅੱਛਾ ਜੀ ਹਾਂਜੀ ਅਸੀਂ ਕੱਲ ਆਵਾਂਗੇ ਭਾਜੀ ਅੱਜ ਤਾਂ ਵੈਸੇ ਨਾ ਖਾਣਾ ਖਾਣ ਆਏ ਸੀ ਉਦਾਂ ਹੀ ਸਰਚ ਮਾਰਿਆ ਮੈਨੂੰ ਐਕਸਪੈਕਟ ਨਹੀਂ ਸੀਗਾ ਕਿ ਇੱਥੇ ਗੁਰਦੁਆਰਾ ਜਾਂ ਮੰਦਰ ਹੋ ਸਕਦਾ ਉਦੋਂ ਤਾਂ ਸਰਚ ਕੀਤਾ ਤਾਂ ਆ ਗਿਆ ਇੱਥੇ ਕਿ ਹਾਂ ਹੈਗਾ ਇੱਥੇ ਬਾਈ ਥੋੜ੍ਹਾ ਕੰਮ ਕਰਵਾ ਰਿਹਾ ਇੱਥੇ ਬਾਕੀ ਆਪਾਂ ਕੱਲ੍ਹ ਨੂੰ ਬਾਈ ਆਵਾਂਗੇ ਅਤੇ ਪ੍ਰੋਗਰਾਮ ਆ 3 ਦਿਨ ਜਾਂ ਸੰਡੇ ਨੂੰ ਆਵਾਂਗੇ ਵਿਜ਼ਿਟ ਕਰਾਂਗੇ ਇੱਥੇ ਫਿਰ ਤੁਹਾਨੂੰ ਡਿਟੇਲ ਦੇ ਵਿੱਚ ਸਾਰਾ ਕੁਛ ਦਿਖਾਵਾਂਗੇ ਇਹ ਮੇਨ ਇੱਥੇ ਗੁਰਦੁਆਰਾ ਸਾਹਿਬ ਦੀ ਐਂਟਰੀ ਆ ਇਹਦਾ ਨਾਮ ਅੱਡ ਪੈਗਬਾ ਸਟਰੀਟ 3 ਨੰਬਰ ਆ ਨੰਬਰ 3 ਆ ਸੋ ਬਾਈ ਦੱਸ ਰਿਹਾ ਸੀਗਾ ਇਹ ਇੱਥੇ ਕੰਮ ਵਗੈਰਾ ਕਰਦਾ ਹੋਣਾ ਔਰ ਅੰਦਰ ਦੋ ਬੰਦੇ ਆ ਉਹਦਾ ਆਰੋ ਉਰੋ ਲਾ ਰਹੇ ਸੀਗੇ ਅਤੇ ਬਾਈ ਨੇ ਵੀ ਦੱਸਿਆ ਉੱਦਾਂ ਬਾਈ ਕਹਿੰਦਾ ਵੀ ਯਾਰ ਸੇਫ ਆ ਫਿਰ ਜਦ ਅਸੀਂ ਬਾਈ ਤੋਂ ਪੁੱਛਿਆ ਡਿਟੇਲ ਦੇ ਵਿੱਚ ਵੀ ਸੇਫ ਕਿੱਦਾਂ ਕਹਿੰਦੇ ਹੋ ਫਿਰ ਉਹ ਕਹਿੰਦਾ ਬਾਈ ਇੱਥੇ ਦੇ ਜਿਹੜੇ ਲੋਕਲ ਆ ਇੰਨਾ ਜ਼ਿਆਦਾ ਮੂੰਹ ਲੱਗਣ ਦੀ ਲੋੜ ਨਹੀਂ ਆ ਬਹੁਤ ਗਰੀਬੀ ਉੱਥੇ ਨਾ ਬਹੁਤ ਜ਼ਿਆਦਾ ਉਹ ਆ ਗਈ ਜਿਵੇਂ ਨਾ ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ ਬਈ ਇੱਥੇ ਨੌਕਰੀਆਂ ਨਹੀਂ ਆ ਲੋਕਾਂ ਕੋਲ ਔਰ ਪੈਸਾ ਹੀ ਸਭ ਕੁਛ ਆ ਲੋਕਾਂ ਲਈ ਕੋਈ ਧਰਮ ਧੁਰਮ ਇੱਦਾਂ ਦੀ ਚੀਜ਼ ਕਰਦੇ ਨਹੀਂ ਆ ਪੈਸੇ ਨੂੰ ਮੇਨ ਮੁੱਖ ਤੌਰ 'ਤੇ ਰੱਖਦੇ ਆ ਸੋ ਲੁੱਟ ਪਾਟ ਬਹੁਤ ਜ਼ਿਆਦਾ ਉਹ ਕਹਿੰਦੇ ਸ਼ਾਮ ਨੂੰ ਨਾ ਨਿਕਲੋ ਦਿਨ ਦਿਹਾੜੇ ਨਿਕਲੋ ਦਿਨ ਦਿਹਾੜੇ ਠੀਕ ਇੱਦਾਂ ਟੈਕਸੀ ਟੁਕਸੀ 'ਚ ਠੀਕ ਆ ਪਰ ਮਤਲਬ ਉਹ ਹੀ ਆ ਕਿ ਲੋਕਲ ਟੈਕਸੀ ਨਾ ਫੜੋ ਬੋਲਟ ਜਾਂ ਉਬਰ ਤੋਂ ਹੀ ਕਹਿੰਦੇ ਬੁੱਕ ਕਰੋ ਠੀਕ ਰਹੂਗਾ ਕੰਮ ਅਤੇ ਬਾਕੀ ਘੁੰਮਣ ਲਈ ਉਹ ਕਹਿੰਦੇ ਇੰਨਾ ਕੁਛ ਨਹੀਂ ਆ ਪਰ ਉਹੀ ਆ ਕਿ ਆਪਾਂ ਕੁਛ ਅਲੱਗ ਚੀਜ਼ਾਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਜਿਹੜੀਆਂ ਕੱਲ੍ਹ ਤੁਹਾਨੂੰ ਹੋਰ ਦਿਖਾਵਾਂਗੇ ਇੱਥੇ ਏਰੀਆ ਕਾਫੀ ਜ਼ਿਆਦਾ ਇੱਦਾਂ ਦਾ ਹੈਗਾ ਇਹਨਾਂ ਕੰਟਰੀਜ਼ ਦੇ ਵਿੱਚ ਬਾਈ ਬਿਜ਼ਨਸ ਮੈਨ ਹੀ ਰਹਿੰਦੇ ਆ ਜ਼ਿਆਦਾਤਰ ਜੋਬ ਵਾਲੇ ਉਹ ਬੰਦੇ ਆ ਜਿਹੜੇ ਇੰਡੀਆ ਤੋਂ ਕੋਈ ਵਧੀਆ ਕੰਪਨੀ ਨਾਲ ਕੰਟੈਕਟ ਆ ਜਿਹਨੇ ਬਹੁਤ ਹਾਈ ਸੈਲਰੀਜ਼ ਆ ਕਹਿੰਦਾ ਉੱਦਾਂ ਨੋਰਮਲ ਇਹਨਾਂ ਕੰਟਰੀਜ਼ ਦੇ ਵਿੱਚ ਕੋਈ ਵੀ ਨਹੀਂ ਹੁੰਦਾ ਨੋਰਮਲ ਆਮ ਜੋਬ ਕਰਨ ਦੇ ਨਾਈਜੀਰੀਆ ਦਾ ਅੰਬੈਸਡਰ ਘੁੰਮ ਕੇ ਆਊਗਾ
ਇਹ ਚੀਜ਼ ਵਧੀਆ ਕਿ ਇੱਥੇ ਇੰਗਲਿਸ਼ ਆਉਂਦੀ ਆ ਬਾਈ ਉਹਨੂੰ ਜਿਵੇਂ ਕਿਹਾ ਕਹਿੰਦਾ ਓਕੇ ਓਕੇ ਮੈਂ ਆ ਰਿਹਾ ਕਹਿੰਦਾ ਕਿਉਂਕਿ ਲੋਕੇਸ਼ਨ ਉੱਥੇ ਖਤਮ ਹੋ ਜਾਂਦੀ ਆ ਇਹ ਗੇਟ ਉਹ ਕੋਈ ਸੀਨ ਹੋਣਾ ਵੀ ਇੱਧਰ ਦੀ ਕੋਈ ਲੋਕ ਨਾ ਲੰਘਣ ਲੁੰਘਣ ਤਾਂ ਇਹ ਸਾਰਿਆਂ ਨੇ ਮਿਲ ਕੇ ਬੰਦ ਕਰ ਦਿੱਤਾ ਹੋਣਾ ਇੱਥੇ ਨਾ ਨਾਈਜੀਰੀਆ ਪੈਂਦਾ ਵੈਸਟ ਅਫਰੀਕਾ ਦੇ ਵਿੱਚ ਹਨਾ ਕਿਉਂਕਿ ਨੋਰਮਲੀ ਤੁਸੀਂ ਵੈਸੇ ਸੁਣਿਆ ਹੋਣਾ ਕਿ ਕੰਟਰੀਆਂ ਜਿਵੇਂ ਸਾਊਥ ਅਫਰੀਕਾ ਲੋਕ ਈਸਟ ਅਫਰੀਕਾ ਅਤੇ ਸਾਊਥ ਅਫਰੀਕਾ ਦਾ ਬਹੁਤ ਜ਼ਿਆਦਾ ਵਿਜ਼ਿਟ ਕਰਦੇ ਆ ਵੈਸਟ ਅਫਰੀਕਾ ਬਹੁਤ ਘੱਟ ਲੋਕ ਵਿਜ਼ਿਟ ਕਰਦੇ ਆ ਬਿਜ਼ਨਸ ਵਾਲੇ ਬੰਦੇ ਹੀ ਲਗਭਗ ਆਉਂਦੇ ਆ ਇਹਨਾਂ ਕੰਟਰੀਆਂ ਦੇ ਵਿੱਚ ਚਲੋ 347 ਹੈ ਨਾ 347 ਥਾ ਚਲੋ ਬਈ ਆ ਗਈ ਗੱਡੀ ਯੈਸ ਬੰਦੂਕਾਂ ਬੰਦਾਕਾਂ ਲੈ ਕੇ ਇਹਨਾਂ ਦਾ ਰੇਲਵੇ ਟ੍ਰੈਕ ਆ ਗਿਆ ਵੀ ਇੱਥੇ ਗਾਵਾਂ 'ਚ ਖੜੀਆਂ ਹੋਈਆਂ ਇਹ ਕਿਸੇ ਦੀਆਂ ਇਹ ਲੋਡ ਕਰ ਰਹੇ ਸੀ ਪਿੱਛੇ ਵੀ ਇੱਕ ਜਗ੍ਹਾ 'ਤੇ ਗੱਡੀ 'ਚ ਲੋਡ ਕਰ ਰਹੇ ਸੀ ਆਮ ਗੱਡੀ ਸੀ ਛੋਟਾ ਹਾਥੀ ਹੁੰਦਾ ਉਹਦੇ 'ਚ ਉਤਰ ਕੇ ਥੋੜਾ ਜਿਹਾ ਮੈਂ ਕਿਹਾ ਚਲੋ ਤੁਰ ਕੇ ਚੱਲਾਂਗੇ ਥੋੜਾ ਜਿਹਾ ਮਤਲਬ ਕਾਫੀ ਉਹ ਆ ਉੱਧਰ ਲੋਕਲ ਨੋਰਮਲ ਲੋਕ ਇੱਥੇ ਰਹਿ ਰਹੇ ਆ ਸਾਡੇ ਨੇੜੇ ਮੈਂ ਚਲੋ ਪਾਣੀ ਦੀ ਬੋਟਲ ਲੈ ਲਈਏ ਵਾਟਰ ਬੋਟਲ ਬਿਗ ਵਨ ਟੂ ਬਿਗ ਵਨ ਟੂ ਯੈਸ ਹਾਂ ਯੈਸ ਯੈਸ ਹੈ ਹਾਊ ਮੱਚ 500 ਓਕੇ ਭਾਜੀ 500 ਦੇਣਾ ਇਹ ਲੈ ਲਈਆਂ ਵੀ ਇਸ ਤੋਂ ਬੋਟਲਾਂ ਪਾਣੀ ਦੀਆਂ 250 ਦੀ ਇੱਕ ਲਾਈ 1.5 ਲੀਟਰ ਦੀਆਂ ਆਏ ਇੱਥੇ ਤੇ ਕਹਿੰਦਾ ਵਟਸ ਯੋਰ ਨੇਮ ਬਹੁਤ ਛੋਟਾ ਜਿਹਾ ਬੱਚਾ ਆਇਆ ਨਵਨਕੁਰ ਬਾਈ ਨੂੰ ਕਹਿੰਦਾ ਹੀ ਇਜ਼ ਫਰੋਮ ਇੰਡੀਆ ਕਹਿੰਦਾ ਮੈਨੂੰ ਦੇਖ ਕੇ ਕਹਿੰਦਾ ਹਨਾ ਚਲੋ ਬੱਚਿਆਂ ਨੂੰ ਵੀ ਪਤਾ ਸਰਦਾਰਾਂ ਬਾਰੇ ਹਾਊ ਯੂ ਨੋ ਆਈ ਐਮ ਫਰੋਮ ਇੰਡੀਆ ਸਹੀ ਬੰਦੇ ਆ ਬਾਈ ਉਹ ਕਿੱਦਾਂ ਵੱਜ ਰਿਹਾ ਬਾਈ ਘੈਂਟ ਬੰਦੇ ਆ ਬਾਈ ਜਵਾਕ ਵੀ ਇੱਥੇ ਦੇ ਤਾਂ ਬਾਏ 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 ਹਰ ਰੂਮ ਦਾ ਨਾਮ ਕਿਸੇ ਕੈਨੇਡੀਅਨ ਸਿਟੀ ਦੇ ਗਏ ਦਾ ਨਾਮ ਓਨਟਾਰੀਓ ਆ ਪਿੱਛੇ ਇੱਕ ਓਟਾਵਾ ਮਿਸਿਸੋਗਾ ਸਾਰੇ ਸੀਗੇ ਆ ਵੀ ਸ਼ਾਇਦ ਕੋਈ ਕੈਨੇਡੀਅਨ ਸਿਟੀ ਹੋਊਗੀ ਸਾਡੇ ਰੂਮ ਵਾਲੀ ਓਸ਼ਾਵਾ ਚਲੋ ਬਾਈ ਲਾਈਟ ਕਿੱਥੋਂ ਆਉਣ ਹੋਊਗੀ ਮੈਂ ਕਹਿੰਦਾ ਮੈਂ ਘੁੰਮਣ ਆਉਂਦਾ ਮੈਂ ਕਈ ਬੰਦੇ ਨਾਲ ਇਹਦਾ ਗੱਲ ਕਰ ਲਓ ਬਾਈ ਕਹਿੰਦਾ ਘੁੰਮਣ ਆਇਓ ਇਹਦਾ ਹੈਰਾਨ ਉਹਨਾਂ ਨੂੰ ਇਹ ਲੱਗਦਾ ਕਿਤੇ ਅਸੀਂ ਝੂਠ ਬੋਲ ਰਹੇ ਹਾਂ ਕਿ ਅਸੀਂ ਇੱਥੇ ਕੋਈ ਜੋਬ ਲੱਭਣ ਆਏ ਹਾਂ ਜਾਂ ਅਸੀਂ ਕੋਈ ਇੱਥੇ ਜਿੱਦਾਂ ਡੋਂਕੀ ਲਾਉਣ ਆਏ ਹੋਈ ਹੈ ਨਾ ਇੱਦਾਂ ਲੱਗਦਾ ਲੋਕਾਂ ਨੂੰ ਪਰ ਇੱਦਾਂ ਦੀ ਕੋਈ ਗੱਲ ਨਹੀਂ ਹੈ ਬਾਈ ਦੇਖੋ ਟਰੈਵਲਰ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ ਸੋ ਖੈਰ ਅਸੀਂ ਮਤਲਬ ਉਹ ਘੁੰਮਣੀ ਹੈ ਜਿਹੜਾ ਜਿਹੜਾ ਘੁੰਮਣਾ ਇੱਕ ਅਲੱਗ ਤਰੀਕੇ ਤੋਂ ਹੁੰਦਾ ਦੁਬਈ ਥਾਈਲੈਂਡ ਜਾ ਕੇ ਹੋਰ ਕਿਤੇ ਘੁੰਮਣ ਵਾਲਾ ਹੁੰਦਾ ਸਿੰਗਾਪੁਰ ਜਾ ਕੇ ਘੁੰਮਣ ਵਾਲਾ ਇੱਕ ਅਸੀਂ ਇੱਥੋਂ ਦਾ ਲੋਕਲ ਐਕਸਪੀਰੀਅੰਸ ਦੇਖਾਂ ਲੋਕਲ ਲੋਕ ਕਿਵੇਂ ਰਹਿੰਦੇ ਆ ਲੋਕਲ ਲੋਕਾਂ ਦੀ ਕੀ ਲਾਈਫ ਆ ਲੋਕਲ ਚੀਜ਼ਾਂ ਕੀ ਲੋਕ ਕਰਦੇ ਫਿਰਦੇ ਆ ਜੋ ਵੀ ਆ ਉਹ ਸਾਰਾ ਕੁਝ ਤੁਹਾਨੂੰ ਆਨਲਾਈਨ ਵੀਡੀਓ ਦੇ ਵਿੱਚ ਵੀ ਦੇਖਣ ਨੂੰ ਮਿਲੂਗਾ ਸੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕਰਦੇ ਤਾਂ ਥੱਲੇ ਇੰਸਟਾਗ੍ਰਾਮ ਆਈ ਡੀ ਮੇਰੀ ਲਿਖੀ ਆ ਰਹੀ ਹੋਊਗੀ ਔਫੀਸ਼ੀਅਲ ਲਵਦੀਪ ਰਾਓ ਉੱਥੇ ਫੋਲੋ ਕਰ ਸਕਦੇ ਹੋ ਚੰਗਾ ਜੀ ਸਤਿ ਸ਼੍ਰੀ ਅਕਾਲ ਰੱਬ ਰਾਖਾ ਜੀ